ਸਾਧ ਸੰਗਤ ਜੀ, ਹਰਿਦੁਆਰ ਨੂੰ ਛੱਡ ਕੇ ਰੁੜਕੀ ਅਤੇ ਸਹਾਨਪੁਰ ਦੇ ਵਿੱਚ ਦੀ ਹੁੰਦੇ ਹੋਏ ਗੁਰੂ ਨਾਨਕ ਦੇਵ ਜੀ ਜਮੁਨਾ ਕਿਨਾਰੇ ਪੁੱਜੇ। ਜਮੁਨਾ ਚੜ੍ਹੀ ਹੋਈ ਸੀ, ਬੇੜੀ ਨਹੀਂ ਸੀ ਪੈਂਦੀ। ਬਹੁਤ ਸਾਰੇ ਯਾਤਰੂ ਕਿਨਾਰੇ ਬੈਠੇ ਰੱਬ ਦੇ ਰੰਗਾਂ ਦੀ ਉਡੀਕ ਕਰ ਰਹੇ ਸਨ। ਬੇੜੀ ਵਾਲਾ ਆਖਦਾ ਸੀ, ਪਾਣੀ ਘੱਟ ਹੋਵੇਗਾ ਤਾਂ ਆਪ ਪਾਰ ਯਾਤਰੂਆਂ ਨੂੰ ਕਰਾਂਗਾ। ਜੀਆਂ ਉੱਤੇ ਦਇਆ ਕਰਨ ਵਾਲੇ ਰਿੱਧੀਆਂ ਸਿੱਧੀਆਂ ਦੇ ਮਾਲਕ ਗੁਰੂ ਨਾਨਕ ਜੀ ਨੂੰ ਯਾਤਰੂਆਂ ਉੱਤੇ ਤਰਸ ਆਇਆ। ਆਪਣੇ ਮਾਲਕ ਪਰਮਾਤਮਾ ਨੂੰ ਚੇਤੇ ਕੀਤਾ। ਮਲਾਹ ਨੂੰ ਆਖਣ ਲੱਗੇ, ਪੁਰਸ਼ਾ ਬੇੜੀ ਤਿਆਰ ਕਰ, ਤੇਰੀ ਬੇੜੀ ਨੂੰ ਕੋਈ ਖਤਰਾ ਨਹੀਂ। ਬੇੜੀ ਵਾਲਾ ਗੁਰੂ ਜੀ ਦੇ ਬਚਨਾਂ ਨੂੰ ਮੋੜ ਨਾ ਸਕਿਆ। ਉਸਨੇ ਬੇੜੀ ਵਿੱਚ ਯਾਤਰੂ ਬਿਠਾਏ ਅਤੇ ਕਿਨਾਰੇ 'ਤੇ ਰੱਸੇ ਖੋਲ੍ਹ ਸੁੱਟੇ। ਜਿਉਂ ਹੀ ਬੇੜੀ ਤੁਰੀ ਤਾਂ ਜਲ ਸ਼ਾਂਤ ਹੋ ਗਿਆ, ਕੱਪੜ ਮੱਠੇ ਹੋ ਗਏ, ਅਸਮਾਨ ਸਾਫ਼ ਹੋ ਗਿਆ, ਬੇੜੀ ਪਾਰ ਜਾ ਲੱਗੀ। ਜਦੋਂ ਯਾਤਰੂ ਬੇੜੀ ਵਿੱਚੋਂ ਨਿਕਲ ਕੇ ਧਰਤੀ ਉੱਤੇ ਹੋਏ ਤਾਂ ਮੁੜ ਪਹਿਲਾਂ ਦੀ ਤਰ੍ਹਾਂ ਅਥਾਹ ਜਲ ਲਲਕਾਰੇ ਮਾਰਨ ਲੱਗ ਪਿਆ। ਹਵਾ ਪੂਰੇ ਵੇਗ ਵਿੱਚ ਵਗਣ ਲੱਗ ਪਈ। ਇਹ ਕੌਤਕ ਵੇਖ ਕੇ ਯਾਤਰੂ ਅਤੇ ਮਲਾਹ ਗੁਰੂ ਜੀ ਦੇ ਚਰਨੀ ਡਿੱਗ ਪਏ। ਗੁਰੂ ਜੀ ਨੇ ਉਹਨਾਂ ਨੂੰ ਸਹੀ ਜੀਵਨ ਅਤੇ ਅਕਾਲ ਪੁਰਖ ਦੀ ਭਗਤੀ ਦਾ ਰਾਹ ਦੱਸਿਆ ਅਤੇ ਆਪਣੇ ਰਸਤੇ ਅੱਗੇ ਚੱਲ ਪਏ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਜੀ।